हाँ जी दोस्तों, अज असी गल करांगे कि जिहड़े कनेडा दे विच घर वा उहनां दा प्राइस की चलदा पिआ आ। पहली गल तां मैं तुहानूं दस दवां कि कनेडा दे विच असी नहीं कह सकदे कि सारिआं दा प्राइस जिहड़ा आ सेम आ, क्योंकि हरेक प्रोविनेंस दा जिहड़ा आपां स्टेट कह लईए जां शहर कह लईए उहनां दीआं वक्खरीआं वक्खरीआं प्राइसां आ घरां दीआं। जे असी सरी शहर दी गल करीए तां इत्थे जिहड़ी प्राइस आ ਉਹ ਕਾਫੀ ਹਾਈ ਆ ਬਾਕੀ ਜਿਹੜੀਆਂ ਸਟੇਟਾਂ ਨਾਲੋਂ, ਹੈ ਨਾ, ਸ਼ਹਿਰਾਂ ਨਾਲੋਂ, ਕਿਉਂਕਿ ਇੱਥੇ ਜਿਹੜੀ ਆਬਾਦੀ ਆ ਉਹ ਬਹੁਤ ਜ਼ਿਆਦਾ ਆ ਬਾਕੀ ਸ਼ਹਿਰਾਂ ਦੇ ਨਾਲੋਂ। ਜੇ ਅਸੀਂ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਪੰਜਾਬੀ ਜ਼ਿਆਦਾਤਰ ਇੱਥੇ ਆ ਕੇ ਖੁਸ਼ ਆ। ਅਤੇ ਅਸੀਂ ਗੱਲ ਕਰਦੇ ਹਾਂ ਜੀ ਘਰਾਂ ਦੇ ਪ੍ਰਾਈਸਾਂ ਦੇ ਬਾਰੇ। ਜੇ ਅਸੀਂ ਇੱਥੇ ਦੇ ਪ੍ਰਾਈਸਾਂ ਦੇ ਬਾਰੇ ਗੱਲ ਕਰੀਏ ਤਾਂ ਇਸ ਟਾਈਮ ਬਹੁਤ ਹਾਈ ਆ ਘਰਾਂ ਦੇ ਪ੍ਰਾਈਸ। ਜੇ ਤੁਸੀਂ ਛੋਟਾ ਟਾਊਨ ਹਾਊਸ ਜਿਵੇਂ ਕਿ ਉਹਦੇ ਵਿੱਚ ਤੁਹਾਨੂੰ ਆ ਦੋ ਬੈੱਡਰੂਮ ਇੱਕ ਵਾਸ਼ਰੂਮ ਮਿਲ ਜਾਂਦਾ ਆ ਅਤੇ ਥੱਲੇ ਇੱਕ ਲਿਵਿੰਗ ਰੂਮ ਮਿਲ ਜਾਂਦਾ ਛੋਟਾ ਜਿਹਾ, ਹੈ ਨਾ, ਅਤੇ ਉਹ ਵੀ ਜੇ ਤੁਸੀਂ ਜੇਕਰ ਖਰੀਦਣਾ ਆ ਤਾਂ ਇਸ ਟਾਈਮ ਦੇ ਵਿੱਚ ਉਹ $10 ਲੱਖ ਤੋਂ ਘੱਟ ਨਹੀਂ ਹੈਗਾ, ਕਿਉਂਕਿ ਇੱਥੇ ਜਿਹੜੀ ਹਰ ਇੱਕ ਚੀਜ਼ ਵਾ ਕਿਸ਼ਤਾਂ ਦੇ ਵਿੱਚ ਲਈ ਜਾਂਦੀ ਆ। ਤੁਹਾਨੂੰ ਮੋਰਗੇਜ ਜਿਹਨੂੰ ਆਪਾਂ ਕਹਿੰਦੇ, ਇੱਥੇ ਮੋਰਗੇਜ ਸੱਦ ਲੈਂਦੇ ਆਪਾਂ ਇੰਡੀਆ ਦੇ ਵਿੱਚ, ਕਿਸ਼ਤ ਕਹਿ ਦੀ ਆ ਹਰ ਮਹੀਨੇ ਦੀ, ਉਹ ਸਾਨੂੰ ਦੇਣੀ ਹੁੰਦੀ ਆ। ਅਤੇ ਮੋਰਗੇਜ ਜਿਹੜੀ ਕਿਸ਼ਤ ਆ ਸਾਡੀ ਇਸ ਟਾਈਮ ਦੋਸਤੋ ਵੀ ਮਹੀਨੇ ਦੀ ਜਿਹੜੀ ਆ $3,000 to $4,000 ਬਣਦੀ ਆ ਜੀ ਹਰ ਮਹੀਨੇ। ਸੋ ਇਹ ਸਾਨੂੰ ਦੇਣੀ ਬਹੁਤ ਜ਼ਰੂਰੀ ਹੁੰਦੀ ਆ। ਅਤੇ ਬਾਕੀ ਵੱਖਰੇ ਵੱਖਰੇ ਪ੍ਰਾਈਸ ਆ ਜੀ, ਇੱਥੇ ਵੱਡੇ ਘਰ ਵੀ ਹੈਗੇ ਆ, ਹੋਰ ਬਹੁਤ, ਤੁਸੀਂ ਮੇਰਾ ਮਗਰ ਵੀ ਦੇਖ ਸਕਦੇ ਆ। ਅਤੇ ਹਰੇਕ ਦਾ ਪ੍ਰਾਈਸ ਜਿਹੜਾ ਵੱਖਰਾ ਵੱਖਰਾ ਆ। ਕਈ ਮੇਰੇ ਵੀਰ ਯਕੀਨ ਨਹੀਂ ਕਰਦੇ ਹੈਗੇ, ਮੈਂ ਇੱਕ ਵਾਰ ਵੀਡੀਓ ਬਣਾਈ ਸੀ ਅਤੇ ਉਹਦੇ ਵਿੱਚ ਮੈਂ ਕਹਿ ਤਾ ਕਿ ਇੱਥੇ ਜਿਹੜੇ 40-40 ਲੱਖ ਦੇ ਵੀ ਘਰ ਹੈਗੇ ਆ। ਸੋ ਉਹ ਵੀਰ ਨੇ ਕਿਹਾ ਕਿ ਇਹ ਸੁਰੀ ਗਾਪਾ, ਇੰਨੇ ਮਹਿੰਗੇ ਨਹੀਂ ਹੁੰਦੇ। ਸੋ ਵੀਰ ਜੀ ਇਹ ਸਹੀ ਆ ਜੀ, ਕਿਉਂਕਿ ਇੱਥੇ $40-40 ਲੱਖ ਦੇ ਵੀ ਘਰ ਹੈਗੇ ਆ। ਇਹਦੀ ਕਿਸ਼ਤ ਦੇਣੀ ਆ ਔਖੀ ਹੋ ਜਾਂਦੀ ਹੈ, ਪਹਿਲਾਂ ਡਾਊਨ ਪੇਮੈਂਟ ਇਹਦੀ ਬਣਦੀ ਆ। ਜੇ ਤੁਹਾਡਾ ਮੰਨ ਲਓ ਘਰ $20 ਲੱਖ ਦਾ ਹੈ ਤਾਂ ਉਹਦੀ ਤੁਹਾਨੂੰ ਜਿਹੜੀ ਆ 20% ਜਿਹੜਾ ਡਾਊਨ ਪੇਮੈਂਟ ਦੇਣੀ ਪੈਂਦੀ ਆ, ਫਿਰ ਬਾਕੀ ਜਿਹੜੀਆਂ ਤੁਹਾਡੀਆਂ ਕਿਸ਼ਤਾਂ ਬਣ ਜਾਂਦੀਆਂ ਆ, ਹੈ ਨਾ। ਅਤੇ ਉਹਦੇ ਵਿੱਚ ਤੁਹਾਨੂੰ 2 ਬੇਸਮੈਂਟਾਂ ਮਿਲ ਜਾਂਦੀਆਂ ਵੱਡਿਆਂ ਘਰਾਂ 'ਚ, ਜਿਹੜੀਆਂ ਤੁਸੀਂ ਰੈਂਟ 'ਤੇ ਦੇ ਸਕਦੇ ਆ। ਤਾਂ ਫਿਰ ਈਜ਼ਲੀ ਜਿਹੜਾ ਥੋੜ੍ਹਾ ਜਿਹਾ ਤੁਹਾਨੂੰ 50% ਜਿਹੜੀ ਮੋਰਗੇਜ ਤੁਹਾਡੀ ਕਿਸ਼ਤ ਵਾ ਉਹ ਰੈਂਟਾਂ ਰਾਹੀਂ ਨਿਕਲ ਜਾਂਦੀ, ਜਿਹੜੇ ਤੁਸੀਂ ਬੇਸਮੈਂਟਾਂ ਰੈਂਟ 'ਤੇ ਦਿੱਤੀਆਂ ਹੁੰਦੀਆਂ ਆ। ਅਤੇ ਬਾਕੀ ਇਸ ਟਾਈਮ ਸਰੀ ਸ਼ਹਿਰ ਦੇ ਵਿੱਚ ਮਹਿੰਗਾਈ ਤਾਂ ਬਹੁਤ ਵੱਧ ਚੁੱਕੀ ਆ ਕਨੇਡਾ ਵਿੱਚ, ਹੈ ਨਾ। ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ, ਜਦੋਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਕਨੇਡਾ, ਉਹ ਕਾਫੀ ਗੱਲਾਂ ਦੱਸਦੇ ਹੁੰਦੇ ਸੀ ਕਿ, ਹੈ ਨਾ, ਇੱਥੇ ਮਹਿੰਗਾਈ ਇੰਨੀ ਹੈ ਨਹੀਂ ਗੀ, ਵਧੀਆ ਪੈਸੇ ਕਮਾ ਕੇ ਪੈਲੀਆਂ ਬਣਾਉਂਦੇ ਹੁੰਦੇ ਸੀ ਆਪਣੇ ਇੰਡੀਆ ਕਾਫੀ ਜਣੇ, ਹੈ ਨਾ। ਪਰ ਹੁਣ ਉਹ ਗੱਲਬਾਤ ਨਹੀਂ ਹੈਗੀ। ਹਾਂਜੀ ਇੰਨਾ ਜ਼ਰੂਰ ਆ ਕਿ ਇੱਥੇ ਤੁਹਾਡਾ ਜਿਹੜਾ ਲਾਈਫ ਸਟਾਈਲ ਆ ਉਹ ਵਧੀਆ ਮਿਲ ਜਾਂਦਾ, ਤੁਹਾਨੂੰ ਸਾਫ਼ ਸੁਥਰਾ ਮਿਲ ਜਾਂਦਾ ਆ, ਸਫਾਈ ਆ, ਚੀਜ਼ਾਂ ਵਧੀਆ ਆਉਂਦੀਆਂ ਆ, ਠੀਕ ਆ। ਅਤੇ ਬਾਕੀ ਘਰਾਂ ਦੀਆਂ ਪ੍ਰਾਈਸਾਂ ਮੈਂ ਜਿਵੇਂ ਤੁਹਾਨੂੰ ਦੱਸੀਆਂ ਕਿ ਇਸ ਤੋਂ ਘੱਟ ਕੋਈ ਵੀ ਘਰ ਨਹੀਂ ਮਿਲਦਾ ਹੈਗਾ ਇੱਥੇ। ਜਦੋਂ ਤੁਸੀਂ ਇੱਥੇ ਲੈਣਾ ਤਾਂ ਦੋਸਤੋ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਬਹੁਤ ਵਧੀਆ ਹੋਣਾ ਚਾਹੀਦਾ। ਕਹਿਣ ਦਾ ਮਤਲਬ ਕਿ ਤੁਹਾਡੇ 'ਤੇ ਪਹਿਲਾਂ ਕੋਈ ਜ਼ਿਆਦਾ ਲੋਨ ਨਹੀਂ ਹੋਣਾ ਚਾਹੀਦਾ, ਚਾਹੇ ਕੋਈ ਵੀ ਕਾਰ ਦਾ ਲੋਨ ਵਾ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਲੋਨ ਆ, ਉਹ ਨਹੀਂ ਜ਼ਿਆਦਾ ਹੋਣਾ ਚਾਹੀਦਾ ਤੁਹਾਡੇ ਸਿਰ, ਤਾਂ ਹੀ ਜਿਹੜੀ ਸਰਕਾਰ ਇੱਥੇ ਦੀ ਲੋਨ ਦਿੰਦੀ ਹੈ ਤੁਹਾਨੂੰ ਘਰ ਖਰੀਦਣ ਦੇ ਲਈ, ਹੈ ਨਾ। ਕਿਉਂਕਿ ਉਹਨਾਂ ਤੋਂ ਬਗੈਰ ਫਿਰ ਤੁਹਾਡਾ ਜਿਹੜਾ ਘਰ ਦੀ ਅਪਰੂਵਮੈਂਟ ਆ ਉਹ ਨਹੀਂ ਹੁੰਦੀ, ਸਰਕਾਰ ਨਹੀਂ ਕਰਦੀ ਹੈਗੀ, ਤਾਂ ਤੁਹਾਨੂੰ ਉਹ ਲੋਨ ਨਹੀਂ ਦਿੰਦੀ ਜੇਕਰ ਤੁਹਾਡਾ ਪਹਿਲੇ ਕਾਫੀ ਲੋਨ ਤੁਹਾਡੇ ਸਿਰ। ਬਾਕੀ ਸਾਡੀ ਮਿਹਨਤ ਤਾਂ ਡਿਪੈਂਡ ਕਰਦਾ ਜੀ ਅਸੀਂ ਕਿੰਨੇ ਟਾਈਮ ਦੇ ਵਿੱਚ ਆਪਣਾ ਜਿਹੜਾ ਘਰ ਉਹ ਬਾਏ ਕਰ ਸਕਦੇ ਹਾਂ, ਹੈ ਨਾ। ਕਈ ਵੀਰਾਂ ਦਾ ਮੈਸੇਜ ਆਉਂਦਾ ਕਿ ਇੰਨੇ ਮਹਿੰਗੇ ਘਰ ਨਹੀਂ ਹੈਗੇ ਇੱਥੇ ਜੀ। ਵੀਰ ਜੀ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਇੱਥੇ ਪ੍ਰਾਈਸ ਕੀ ਚੱਲਦੇ ਘਰਾਂ ਦੇ, ਅਸੀਂ ਕਦੋਂ ਲੈ ਸਕਦੇ ਹਾਂ। ਜੇਕਰ ਅਸੀਂ ਨਵੇਂ ਬੰਦੇ ਦੀ ਗੱਲ ਕਰੀਏ ਕੋਈ ਵੀ ਆਉਂਦਾ ਤਾਂ ਉਹ ਤਾਂ ਘੱਟੋ ਘੱਟ 10 ਸਾਲ ਨਾ ਇਸ ਘਰ ਦੇ ਬਾਰੇ ਸੋਚੇ ਨਾ ਲੈਣ ਦੇ, ਕਿਉਂਕਿ 10 ਸਾਲ ਤੁਹਾਡੇ ਪੈਰ ਨਹੀਂ ਲੱਗਦੇ ਹੈਗੇ। ਜੇਕਰ ਤੁਸੀਂ ਲੈਣਾ ਵੀ ਚਾਹੋ ਘਰ ਤਾਂ ਤੁਹਾਨੂੰ ਕਾਫੀ ਤੁਹਾਡੀ ਆਮਦਨ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ ਇੱਥੇ ਦੀ ਸਰਕਾਰ ਦਾ ਰੂਲ ਆ ਜੇਕਰ ਤੁਸੀਂ ਘਰ ਬਾਏ ਕਰਨਾ ਆ, ਕਾਰ ਬਾਏ ਕਰਨੀ, ਉਹ ਤੁਹਾਡੀ ਪਹਿਲਾਂ ਜੋਬ ਦੇਖਦੇ ਕਿ ਤੁਹਾਡੀ ਜੋਬ ਦੀ ਆਮਦਨ ਕਿੰਨੀ ਆ, ਹੈ ਨਾ। ਜੇ ਤੁਹਾਡੀ ਜੋਬ ਦੀ ਆਮਦਨ ਵਧੀਆ ਤਾਂ ਤੁਹਾਨੂੰ ਉਹ ਘਰ ਵੀ ਵਧੀਆ ਜਿਹੜਾ ਆ ਅਪਰੂਵ ਜਲਦੀ ਕਰ ਦਿੰਦੇ ਆ। ਸੋ ਜਿਵੇਂ ਮੈਂ ਦੱਸਿਆ ਬਾਕੀ ਇੱਥੇ ਘਰਾਂ ਦੇ ਪ੍ਰਾਈਸ ਜਿਵੇਂ ਮੈਂ ਤੁਹਾਨੂੰ ਦੱਸਿਆ ਸ਼ਹਿਰਾਂ ਦੇ ਹਿਸਾਬ ਨਾਲ ਵੱਖਰੇ ਵੱਖਰੇ ਆ, ਪਰ ਫਿਰ ਵੀ ਜੇਕਰ ਤੁਸੀਂ 2 ਬੈੱਡਰੂਮ ਦਾ ਘਰ ਲੈਣਾ ਆ, ਵਾਸ਼ਰੂਮ ਆ ਇੱਕ, ਉਹਦੇ ਵਿੱਚ ਲਿਵਿੰਗ ਰੂਮ ਆ ਅਤੇ ਥੱਲੇ ਤੁਹਾਨੂੰ ਗਰਾਜ ਮਿਲ ਜਾਂਦਾ ਆ ਕਾਰ ਖੜ੍ਹੀ ਕਰਨ ਨੂੰ, ਤਾਂ ਉਹ ਵੀ ਜਿਹੜਾ ਆ ਤੁਸੀਂ ਘੱਟੋ ਘੱਟ ਜੇ ਐਡਮਿੰਟਨ ਵੱਲ ਵੀ ਚਲ ਜਾਓ ਤਾਂ $2-2.5 ਲੱਖ ਤੋਂ ਘੱਟ ਨਹੀਂ ਮਿਲਦਾ ਹੈਗਾ, ਹੈ ਨਾ। ਅਤੇ ਉਹਦੀ ਜਿਹੜੀ ਕਿਸ਼ਤ ਬਣਦੀ ਆ ਉਹ ਮਹੀਨੇ ਦੀ ਤੁਹਾਡੀ $1,500 to $1,800 ਜਿਹੜੀ ਆ ਕਿਸ਼ਤ ਤੁਹਾਨੂੰ ਦੇਣੀ ਪੈਂਦੀ ਆ। ਸੋ ਇੱਥੇ ਘਰ ਲੈਣੇ ਇੰਨੇ ਸੌਖੇ ਨਹੀਂ ਹੈਗੇ, ਮਿਹਨਤ ਕਰਨੀ ਪੈਂਦੀ ਆ ਜੀ, ਹੈ ਨਾ। ਫਿਰ ਜਾ ਕੇ ਆਪਾਂ ਇੱਥੇ ਇਸ ਮੁਕਾਮ ਤੱਕ ਪਹੁੰਚਦੇ, ਸਾਡੇ ਪੰਜਾਬੀ ਵੀਰ ਇੱਥੇ ਹੈਗੇ, ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿੱਡੇ ਕਿੱਡੇ ਘਰ ਇਹਨਾਂ ਦੇ ਨਾ, ਸਾਰੇ ਪੰਜਾਬੀਆਂ ਦੇ। ਇੱਧਰ ਮੈਂ ਸਰੀ ਸ਼ਹਿਰ ਦੇ ਵਿੱਚ ਇਸ ਟਾਈਮ ਹੈਗਾ ਜਾਂ ਰਹਿੰਦਾ ਪਿਆ, ਅਤੇ ਬਾਕੀ ਸਾਰਾ ਕੁਝ ਠੀਕ ਆ, ਸਿਸਟਮ ਵਧੀਆ ਹੈ ਇੱਥੇ। ਸਾਡੇ ਬਹੁਤ ਸਾਰੇ ਇੱਥੇ ਪੰਜਾਬੀ ਵੀਰ ਹੈਗੇ ਜਿਨ੍ਹਾਂ ਦੇ ਘਰ ਫ੍ਰੀ ਵੀ ਹੋ ਚੁੱਕੇ ਆ ਕਿਸ਼ਤਾਂ ਤੋਂ ਨਾ, ਉਹਨਾਂ ਨੇ ਜਿਹੜੀਆਂ ਆਪਣੀਆਂ ਕਿਸ਼ਤਾਂ ਤਾਰ ਦਿੱਤੀਆਂ, ਉਹਨਾਂ ਨੂੰ ਆਇਆਂ ਨੂੰ ਵੀ ਇੱਥੇ 35-35, 40-40 ਸਾਲ ਹੋ ਗਏ ਆ। ਸੋ ਉਹਨਾਂ ਵੀਰਾਂ ਨੂੰ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ, ਉਹਨਾਂ ਨੇ ਆਪਣੀਆਂ ਪੇਮੈਂਟਾਂ ਤਾਰ ਦਿੱਤੀਆਂ ਆ।
ਗੱਲ ਸਾਰੀ ਇਹੀ ਹੈ ਕਿ ਜੇਕਰ ਅਸੀਂ ਮਿਹਨਤ ਵਧੀਆ ਕਰਦੇ ਹਾਂ ਤਾਂ ਸਭ ਕੁਛ ਹੋ ਜਾਂਦਾ ਆ, ਪਰ ਇੱਥੇ ਜਿਹੜੀ ਕਨੇਡਾ 'ਚ ਜੇਕਰ ਤੁਸੀਂ ਆਉਣਾ ਤਾਂ ਇੱਕ ਗੱਲ ਜ਼ਰੂਰ ਸੋਚ ਕੇ ਆਇਓ ਕਿ ਕਨੇਡਾ ਜਿਹੜੀ ਟਾਈਮ ਮੰਗਦੀ ਹੈ। ਇੱਥੇ ਕਦੇ ਵੀ ਜਲਦਬਾਜ਼ੀ ਨਾ ਕਰੋ ਤੁਸੀਂ ਜਲਦਬਾਜ਼ੀ ਦੇ ਵਿੱਚ, ਕਿਉਂਕਿ ਇੱਥੇ ਕਾਨੂੰਨ ਕਾਫੀ ਸਖਤ ਆ। ਜੇਕਰ ਤੁਸੀਂ ਸਰਕਾਰ ਬਾਰੇ ਗੱਲ ਕਰੀਏ ਤਾਂ ਅਸੀਂ ਹੈ ਨਾ ਉਹਨਾਂ ਦੇ ਡੀਕੇ ਨਾ ਆਈਏ ਕਦੇ ਵੀ, ਹੌਲੀ ਹੌਲੀ ਮਿਹਨਤ ਕਰੀਏ, ਕੋਈ ਗਲਤ ਸਟੈਪ ਨਾ ਲਈਏ ਛੇਤੀ ਮਨੀ ਕਮਾਉਣ ਦੇ ਲਈ। ਕਈ ਵੀਰ ਇੱਥੇ ਹੈਗੇ ਉਹ ਨਸ਼ੇ ਵੇਚਣ ਲੱਗ ਪੈਂਦੇ ਆ ਜੀ, ਘਰ ਬਾਏ ਕਰ ਲਿਆ ਨਾ, ਪਰ ਉਦੋਂ ਦੇ ਥੋੜ੍ਹੇ ਦਿਨ ਨਹੀਂ ਹੁੰਦੇ ਇੱਦਾਂ ਦੇ। ਸੋ ਇੱਦਾਂ ਦੀ ਕੋਈ ਵੀ ਕੋਈ ਇੱਦਾਂ ਦਾ ਸਟੈਪ ਨਾ ਲਓ, ਮੇਰੀ ਤਾਂ ਇਹੀ ਬੇਨਤੀ ਆ। ਸੋ ਬਾਕੀ ਮੈਂ ਤੁਹਾਨੂੰ ਦੱਸਤਾ ਹੈ, ਜੇ ਕੋਈ ਹੋਰ ਵੀ ਤੁਹਾਡੇ ਮਨ 'ਚ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ। ਜੇ ਕੋਈ ਹੋਰ ਤੁਹਾਡੇ ਮਨ 'ਚ ਹੈਗੀ ਗੱਲ ਤਾਂ ਮੈਂ ਉਸ 'ਤੇ ਵੀ ਵੀਡੀਓ ਬਣਾਊਂਗਾ। ਸੋ ਉਮੀਦ ਕਰਦਾ ਕਿ ਜੀ ਵੀਡੀਓ ਵਧੀਆ ਲੱਗੀ ਹੋਊਗੀ। ਤੁਹਾਨੂੰ ਮਿਲਦੇ ਹਾਂ ਜੀ ਅਗਲੇ ਬਲੌਗ 'ਚ। ਧੰਨਵਾਦ।